ਦੇਖੋ ਨਾਜ਼ਰ ਜੀ, ਮੈਂ ਤੁਹਾਡਾ ਆਪਣਾ ਹੋਰ ਸ਼ਾਹਦੀਪ ਕੁਰੈਸ਼ੀ, ਸ਼ੋਅ ਮਜ਼ੇ ਦੁਨੀਆ ਚਾਹੇ ਤੁਹਾਨੂੰ ਖੁਸ਼ ਆਮਦੀਦ ਕਹਿੰਦੇ ਆ। ਤੇ ਜਿਸ ਤਰ੍ਹਾਂ ਮੇਰਾ ਤੁਹਾਡੇ ਨਾਲ ਵਾਅਦਾ ਸੀ ਤੇ ਤੁਹਾਡਾ ਮੇਰੇ ਨਾਲ ਕਿ ਮੈਂ ਨਿਤ ਨਏ ਚਿਹਰੇ ਤੇ ਨਿਤ ਨਏ ਲੋਕ ਤੇ ਨਿਤ ਨਏ ਫਨਕਾਰ ਬੁਲਾਵਾਂਗਾ, ਲੇਕਿਨ ਅੱਜ ਦੀ ਜਿਹੜੀ ਸਾਡੇ ਨਾਲ ਫਨਕਾਰਾਂ ਨੇ ਉਹ ਫਨਕਾਰ ਨਹੀਂ ਫਨਕਾਰਾਂ ਨੇ, ਤੇ ਉਹ ਫਨਕਾਰਾਂ ਕੋਲੋਂ ਅਸੀਂ ਬੜਾ ਔਖਾ ਤੇ ਬੜਾ ਕੀਮਤੀ ਵਕਤ ਉਹਨਾਂ ਨੂੰ ਸਾਂਭ ਦਿੱਤਾ ਆਪਣਾ, ਤੇ ਅਸੀਂ ਹੁਣ ਤੁਹਾਨੂੰ ਉਹਨਾਂ ਨਾਲ ਇੰਟਰੋਡਿਊਸ ਵੀ ਕਰਾਵਾਂਗੇ, ਤੁਹਾਡਾ ਤਾਰਫ ਵੀ ਕਰਾਵਾਂਗੇ, ਲੇਕਿਨ ਉਹਨਾਂ ਨਾਲ ਅਸੀਂ ਕਰਾਂਗੇ ਬੜੀਆਂ ਪਿਆਰੀਆਂ ਗੱਲਾਂ ਔਰ ਮਿੱਠੀਆਂ ਗੱਲਾਂ ਔਰ ਗੁਫ਼ਤਗੂ ਬਹੁਤ ਅੱਛੀ ਹੋਏਗੀ। ਤੇ ਜਿਨ੍ਹਾਂ ਨੂੰ ਫਨਕਾਰਾਂ ਨਾਲ ਤੁਹਾਡਾ ਇੰਟਰੋਡਿਊਸ ਕਰਵਾ ਰਹੇ ਹਾਂ, ਅੱਜ ਕਰਦੇ ਉਹਨਾਂ ਨਾਲ ਗੱਲਾਂ ਤੇ ਆਓ ਤੁਹਾਨੂੰ ਲੈ ਕੇ ਚੱਲਦੇ ਉਹਨਾਂ ਕੋਲ। ਅਸਲਾਮੁਅਲੈਕੁਮ। ਵਾਲੇਕੁਮ ਅਸਲਾਮ। ਕੀ ਹਾਲ ਨੇ ਤੁਹਾਡੇ ਜੀ? ਮੈਂ ਠੀਕ ਹਾਂ। ਕੀ ਨਾਮ ਹੈ ਤੁਹਾਡਾ ਜੀ? ਮੇਰਾ ਨਾਮ ਅਰੋਜ ਭੱਟ ਹੈ ਔਰ ਮੈਂ ਵੀ ਸਿਕਰ ਲਾਹੌਰ ਕੀ ਹਾਂ। ਤੇ ਹੁਣ ਤੁਸੀਂ ਆਲ ਵਾਲਾ ਚੋ, ਤੇ ਕੈਸਾ ਪਿਆਰ ਮੁਹੱਬਤ ਇੱਥੋਂ ਦੇ ਲੋਕਾਂ ਦਾ ਲੱਗਿਆ ਤੁਹਾਨੂੰ ਲਾਹੌਰ ਤੋਂ ਹਟ ਕੇ ਦੱਸਣਾ? ਜੀ, ਆਰਿਫ ਵਾਲਾ ਕੇ ਬਹੁਤ ਅੱਛੇ ਲੋਕ ਹੈ ਔਰ ਮੁਝੇ 10 ਸਾਲ ਹੋ ਗਏ ਹੈ ਯਹਾਂ ਪੇ ਸੈਟਲ ਹੋਏ, ਬਹੁਤ ਅੱਛੇ ਲੋਕ ਹੈ ਔਰ ਬਹੁਤ ਪਿਆਰ ਕਰਨੇ ਵਾਲੇ ਲੋਕ ਹੈ ਯੇ ਆਰਿਫ ਵਾਲਾ ਕੇ। ਇਹ ਤੇ ਨਾਜ਼ਰੀਨ ਵਾਕਈ ਹੈ ਕਿ ਆਰਿਫ ਵਾਲਾ ਬਹੁਤ ਅੱਛਾ ਸ਼ਹਿਰ ਹੈ, ਤੇ ਪਹਿਲੇ ਤੇ ਆਰਿਫ ਵਾਲੇ ਵਾਸਤੇ ਕਲੈਪ ਹੋਣੀ ਚਾਹੀਦੀ, ਫਿਰ ਮੈਡਮ ਵਾਸਤੇ ਕਲੈਪ ਹੋਣੀ ਚਾਹੀਦੀ। ਜੈਸਾ ਕਿ ਨਾਜ਼ਰੀਨ, ਮੇਰਾ ਤੁਹਾਡੇ ਨਾਲ ਵਾਅਦਾ ਹੀ ਸੀਗਾ ਕਿ ਮੈਂ ਤੁਹਾਨੂੰ ਫਨਕਾਰਾਂ ਵੀ ਮਿਲਾਵਾਂਗਾ ਤੇ ਸਟੇਜ ਦੇ ਐਕਟਰ ਵੀ ਮਿਲਾਵਾਂਗਾ। ਮੈਂ ਆਪਣਾ ਵਾਅਦਾ ਮੁਕੰਮਲ ਕਰਦਾ ਜਾ ਰਿਹਾ ਤੇ ਅੱਜ ਦੀ ਜਿਹੜੀ ਫਨਕਾਰ ਸਾਡੇ ਨਾਲ ਨੇ ਗੁਫ਼ਤਗੂ ਤੇ ਉਹਨਾਂ ਨਾਲ ਜਾਰੀ ਹੈ, ਤੇ ਹੁਣ ਅਸੀਂ ਉਹਨਾਂ ਕੋਲੋਂ ਕਰਾਂਗੇ ਇੱਕ ਬਿਹਤਰੀਨ ਜਿਹੇ ਸਵਾਲ ਜਿਹੜੇ ਉਹਨਾਂ ਨੂੰ ਵੀ ਅੱਛੇ ਲੱਗਣ ਤੇ ਸਾਨੂੰ ਵੀ ਚੰਗੇ ਲੱਗਣ ਤੇ ਸਾਡੀ ਆਡੀਅੰਸ ਨੂੰ ਵੀ ਚੰਗੇ ਲੱਗਣ। ਜੈਸਾ ਕਿ ਅਸੀਂ ਦੇਖ ਰਹੇ ਹਾਂ, ਅਸੀਂ ਇਹ ਮੁਆਸ਼ਰਾ ਦੇਖਦੇ ਹਾਂ, ਤੁਸੀਂ ਲਾਹੌਰ ਤੋਂ ਐਨ ਜਿੰਨੀ ਵੀ ਦੁਨੀਆ ਹੈ ਤੁਹਾਡੇ ਮਾਸ਼ਰੇ ਨੂੰ ਅੱਛਾ ਨਹੀਂ ਸਮਝਦੀ, ਤੁਸੀਂ ਇਸ ਫੀਲਡ ਵਿੱਚ ਕਿਵੇਂ ਆਏ ਦੱਸ ਸਕਦੇ ਹੋ ਸਾਨੂੰ, ਸਾਡੀ ਨਾਜ਼ਰੀਨ ਨੂੰ, ਸਾਨੂੰ ਤੇ ਆਪਣੇ ਚਾਹਣ ਵਾਲਿਆਂ ਨੂੰ? ਜੀ, ਸਵਾਲ ਵੀ ਬਹੁਤ ਮੁਸ਼ਕਿਲ ਹੈ ਔਰ ਆਪਣੇ ਬਹੁਤ ਮੁਸ਼ਕਿਲ ਸਵਾਲ ਕੀ ਹੈ ਹਮਾਰੇ ਜੋ ਜੈਸਾ ਕਿ ਖਵਾਜਾ ਸਰਾ ਹੈ, ਬਚਪਨ ਸੇ ਹੀ ਹਮ ਲੋਕ ਆਪਣੇ ਘਰੋਂ ਸੇ ਨਿਕਲ ਆਤੀ ਹੈ ਔਰ ਇਸ ਫੀਲਡ ਮੇ ਹਮ ਲੋਕ ਆ ਜਾਤੇ ਹੈ ਔਰ ਹਮਾਰੇ ਗੁਰੂ ਬਹੁਤ ਅੱਛੇ ਹੈ, ਉਨਕੇ ਪਾਸ ਹਮ ਬਚਪਨ ਸੇ ਰਹਿ ਰਹੀ ਹੈ। ਨਾਜ਼ਰੀਨ, ਅੱਜ ਦੀ ਜਿਹੜੀ ਫਨਕਾਰ ਉਹਨਾਂ ਨੇ ਸਟੇਜ ਤੇ ਬੜਾ ਕੰਮ ਕੀਤਾ ਹੈ, ਤੇ ਅਸੀਂ ਹੁਣ ਉਹਨਾਂ ਨੂੰ ਪੁੱਛਾਂਗੇ ਸਟੇਜ ਤੇ ਕੰਮ ਤੇ ਕੀਤਾ ਹੈ ਤੇ ਕਿੱਥੇ ਕਿੱਥੇ ਕੀਤਾ ਹੈ ਤੇ ਕਿਹੜੀ ਫਨਕਾਰਾਂ ਨਾਲ ਕੰਮ ਕੀਤਾ ਹੈ, ਅਸੀਂ ਹੁਣ ਪੁੱਛਾਂਗੇ ਇਹਨਾਂ ਦੇ ਕੋਲੋਂ। ਆਪ ਮੁਝਸੇ ਪੁੱਛ ਰਹੇ ਹੈ ਸਟੇਜ ਪੇ ਔਰ ਆਪ ਮੁਝਸੇ ਇਹ ਪੁੱਛੇ ਕਿਸ ਫਨਕਾਰ ਕੇ ਸਾਥ ਆਪਕੋ ਮਜ਼ਾ ਆਇਆ ਹੈ, ਠੀਕ ਹੈ? ਮੁਝੇ ਸਾਇਮਾ ਖਾਨ ਸੇ ਮਜ਼ਾ ਆਇਆ ਹੈ, ਸਾਇਮਾ ਖਾਨ ਕੇ ਸਾਥ ਕੰਮ ਕਰਨਾ। ਮੰਮੀ ਪਾਪਾ ਬਹੁਤ ਮਾਨਦੇ ਨਹੀਂ ਥੇ, ਭਾਈ ਵੀ ਨਹੀਂ ਮਾਨਦੇ ਥੇ, ਅਬ ਖੈਰ ਸੇ ਘਰ ਵਾਲੇ ਜੋ ਹੈ ਅੱਛੇ ਤਰੀਕੇ ਸੇ ਮੇਰੇ ਸਾਥ ਚੱਲ ਰਹੇ ਹਨ, ਜੈਸਾ ਕਿ ਉਹਨਾਂ ਨੇ ਵੀਡੀਓਜ਼ ਵਗੈਰਾ ਖਵਾਜਾ ਸਰਾਉ ਕੀ ਦੇਖਤੇ ਹੈ ਔਰ ਬਹੁਤ ਉਹਨਾਂ ਨੇ ਕਿਹਾ ਨਹੀਂ ਜੀ ਖਵਾਜਾ ਸਰਾ ਵੀ ਬਹੁਤ ਇੱਕ ਅੱਲਾ ਕੀ ਬਣਾਈ ਚੀਜ਼ ਹੈ, ਤੋ ਇਸ ਵਜ੍ਹਾ ਸੇ ਮੇਰੇ ਘਰ ਵਾਲੇ ਅਬ ਮੁਝੇ ਬਹੁਤ ਜ਼ਿਆਦਾ ਲਾਈਕ ਕਰਤੇ ਹੈ ਔਰ ਮੈਂ ਆਪਣੇ ਘਰ ਵਾਲੋਂ ਕੋ ਲਾਈਕ ਕਰਤੀ ਹੂੰ। ਕਲੈਪ ਹੋਣੀ ਚਾਹੀਏ ਜੀ, ਬਹੁਤ ਅੱਛੀ ਕਲੈਪ ਹੋਣੀ ਚਾਹੀਏ। ਨਾਜ਼ਰੀਨ, ਇਹ ਮੁਆਸ਼ਰਾ ਨਹੀਂ ਕਿਸੇ ਨੂੰ ਪਸੰਦ ਕਰਦਾ ਤੇ ਨਾ ਇਹ ਕਰਦਾ ਹੀ ਹੈ, ਤੇ ਲੇਕਿਨ ਇਹਨਾਂ ਦੇ ਇੰਨੇ ਸਟਰਗਲ ਦੌਰ ਦੇ ਵਿੱਚ ਇਹਨਾਂ ਨੇ ਬੜੀ ਅੱਛੀ ਗੱਲ ਕੀਤੀ ਕਿ ਇਹਨਾਂ ਦੇ ਘਰ ਵਾਲੇ ਵੀ ਇਹਨਾਂ ਨੂੰ ਐਕਸੈਪਟ ਕਰ ਲਿਆ ਵਾ, ਤੇ ਹੁਣ ਇਹਨਾਂ ਕੋਲੋਂ ਅਸੀਂ ਪੁੱਛਾਂਗੇ ਕਿ ਸਾਨੂੰ ਹੁਣ ਸਾਡੀ ਆਡੀਅੰਸ ਨੂੰ ਤੇ ਸਾਨੂੰ ਕੀ ਕਰ ਤੁਸੀਂ ਅੱਗੇ ਪੜ੍ਹਨਾ ਚਾਹੋਗੇ ਜੀ? ਫਿਰ ਕੰਮ ਵੀ ਤੋਂ ਹੈ, ਸ਼ੋਅ ਵਗੈਰਾ ਕਰਦੀ ਹੂੰ, ਇਸ ਵਿੱਚ ਬਹੁਤ ਜ਼ਿਆਦਾ ਬਿਜ਼ੀ ਹੋਤੀ ਹੂੰ, ਫਿਰ ਮੈਂ ਪੜ੍ਹਨੀ। ਵਾਹ ਵਾਹ ਜੀ, ਸ਼ੋਅ ਵਗੈਰਾ ਕਰਕੇ। ਨਾਜ਼ਰੀਨ, ਸ਼ੋਅ ਦੇ ਬਾਰੇ ਪੁੱਛਦੇ ਹਾਂ ਕਿ ਜਿਸ ਤਰ੍ਹਾਂ ਤੁਸੀਂ ਸ਼ੋਅ ਤੇ ਜਾਂਦੇ ਹੋ, ਮਤਲਬ ਪ੍ਰੋਗਰਾਮਾਂ ਤੇ ਲੋਕ ਤੁਹਾਨੂੰ ਸੱਦਦੇ ਆ, ਸਟੇਜਾਂ ਤੇ ਤੁਸੀਂ ਜਾਂਦੇ ਹੋ, ਤੁਸੀਂ ਪਰਫਾਰਮੈਂਸ ਕਰਦੇ ਹੋ,
ਇਹਨਾਂ 'ਚ ਤੁਹਾਡੀਆਂ ਕੋਈ ਸ਼ਰਤਾਂ ਵੀ ਹੁੰਦੀਆਂ ਨੇ ਵੈਸੇ ਵੀ ਤੁਸੀਂ ਅਗਲੇ ਬੰਦੇ ਨੂੰ ਪੁੱਛਦੇ ਹੋ ਵੀ ਭਾਈ ਤੁਹਾਨੂੰ ਸੱਦਣ ਲਿਆ ਅਸੀਂ ਕਿਵੇਂ ਆਉਣਾ ਹੈ ਤੇ ਸਾਨੂੰ ਕਿਵੇਂ ਬੁਲਾਉਣ ਲਿਆ ਜੇ ਉਹ ਕੋਈ ਇੰਜ ਦੀ ਤੁਹਾਡੀ ਸ਼ਰਾਇਤ ਹੈ ਵੀ ਸਾਡੇ ਨਾਲ ਕੀ ਨਾ ਹੋਵੇ ਤੇ ਕੀ ਹੋਵੇ ਤੇ ਕੀ ਨਾ ਹੋਵੇ ਇੰਜ ਦੀ ਕੋਈ ਗੱਲ ਹੈ ਵਾ ਜੀ ਸਭ ਤੋਂ ਪਹਿਲੇ ਤੋਂ ਜੋ ਵਹਾਂ ਕੇ ਖਵਾਜਾ ਸਰਾ ਹੋਤੇ ਹੈ ਸਿਟੀ ਕੇ ਉਨਸੇ ਹਮ ਬਾਤ ਕਰਤੇ ਹੈ ਫਿਰ ਵੋ ਆਗੇ ਫੰਕਸ਼ਨ ਤੇ ਹਮਨੇ ਜਾਣਾ ਹੁੰਦਾ ਹੈ ਠੀਕ ਹੈ ਔਰ ਹਮਾਰੀ ਬੁਕਿੰਗ ਹੋਤੀ ਹੈ ਮੁਖਤਲਿਫ ਮਤਲਬ ਕਿਸੀ ਸੇ 30 ਲੇਤੇ ਹੈ ਕਿਸੀ ਸੇ 50 ਲੇਤੇ ਹੈ ਮਤਲਬ ਐਸੇ ਹੀ ਹੈ ਤੇ ਉਹ ਇਜਾਜ਼ਤ ਵਗੈਰਾ ਤੇ ਸੁਣਿਆ ਇਜਾਜ਼ਤ ਵੀ ਲੈਂਦੇ ਹੋ ਤੇ ਪੇਪਰ ਵਗੈਰਾ ਜੇ ਉਹ ਮਤਲਬ ਅੱਗੇ ਕੋਈ ਇਜਾਜ਼ਤਾਂ ਹੁੰਦੀਆਂ ਹੁਣ ਜੇ ਜਿਸ ਤਰ੍ਹਾਂ ਦੌਰ ਕਰਾਉਂਦਾ ਤਾਂ ਦੌਰ ਜਾਣ ਡਿਆ ਤੇ ਬੜੀਆਂ ਸਖਤੀਆਂ ਹੋਈਆਂ ਹੋਈਆਂ ਨੇ ਮਤਲਬ ਵੀ ਅੱਗੇ ਰੇਟ ਸ਼ੇਟ ਕੋਈ ਇੰਜ ਦਾ ਸੀਨ ਹੈ ਵਾ ਮਤਲਬ ਤੁਸੀਂ ਜੀ ਕਰੋਨਾ ਕੀ ਵਜ੍ਹਾ ਸੇ ਤੋ ਫੰਕਸ਼ਨਸ ਵਗੈਰਾ ਹੋ ਨਹੀਂ ਰਹੇ ਔਰ ਬਹੁਤ ਪਰੇਸ਼ਾਨ ਹੈ ਖਵਾਜਾ ਸਰਾ ਵੀ ਔਰ ਜਿਤਨੇ ਵੀ ਖਵਾਜਾ ਸਰਾ ਔਰ ਜਿਤਨੇ ਫਨਕਾਰ ਲੋਕ ਹੈ ਵੋ ਵੀ ਪਰੇਸ਼ਾਨ ਸਾਰੇ ਹੀ ਪਰੇਸ਼ਾਨ ਔਰ ਕਰੋਨਾ ਦੀ ਵਜ੍ਹਾ ਸੇ ਔਰ ਮੇਰੀ ਸਭ ਸੇ ਪਹਿਲੇ ਯਹੀ ਦੁਆ ਹੈ ਕਿ ਕਰੋਨਾ ਹਮਾਰੇ ਪਾਕਿਸਤਾਨ ਸੇ ਜੋ ਵਬਾ ਫੈਲੀ ਹੋਈ ਹੈ ਵੋ ਖਤਮ ਹੋ ਜਾਣੀ ਚਾਹੀਏ ਔਰ ਹਮ ਸਭ ਕੀ ਦੁਆ ਹਾਂ ਬਹੁਤ ਮਜ਼ਾ ਆ ਰਿਹਾ ਲੇਕਿਨ ਹੁਣ ਅਸੀਂ ਇਹਨਾਂ ਨੂੰ ਪੁੱਛਾਂਗੇ ਕਿ ਬਾਹਰ ਸ਼ਹਿਰਾਂ 'ਚ ਵੱਡੇ ਸ਼ਹਿਰਾਂ 'ਚ ਜਿਸ ਤਰ੍ਹਾਂ ਲਾਹੌਰ ਇਸਲਾਮਾਬਾਦ ਇਹ ਸਿੰਧ ਵਾਲੀ ਸਾਈਡ ਜਿੰਨੇ ਵੀ ਵੱਡੇ ਇਲਾਕੇ ਨੇ ਉਹਨਾਂ 'ਚ ਅਕਸਰ ਦੇਖਿਆ ਜਾਂਦਾ ਜਦੋਂ ਵੀ ਕੋਈ ਗੱਡੀ ਇਸ਼ਾਰੇ 'ਤੇ ਰੁਕਦੀ ਹੈ ਅਤੇ ਉੱਥੇ ਦੇ ਜਿਹੜੇ ਖਵਾਜਾ ਸਰਾਹ ਨੇ ਉਹ ਕਾਫੀ ਜ਼ਿਆਦਾਤਰ ਦੇਖਿਆ ਜਾਂਦਾ ਵਾ ਕਿ ਉਹ ਉਹਨਾਂ ਕੋਲੋਂ ਯਾਨੀ ਕਿ ਉਹ ਬੀਕ ਵਗੈਰਾ ਲੈਂਦੇ ਨੇ ਲੇਕਿਨ ਇਹ ਗੱਲ ਤਾਂ ਨਹੀਂ ਅੱਛੀ ਲੇਕਿਨ ਤੁਸੀਂ ਕੀ ਕਹਿਣਾ ਚਾਹੋਗੇ ਉਹਨਾਂ ਬਾਰੇ हाँ जी मैं उनके बारे में कहना चाहती थी पहले भी और कोई भी चैनल वाले और मेरा इंटरव्यू लेने के लिए आते हैं तो मैं सबसे पहले ये कहना चाहती थी आप बहुत अच्छा बहुत मज़ा आया मुझे इस बात का कि आपने हमें खुद ही बता दिया कह दिया ठीक है और मेरे जो ख्वाजा सरा 50+ लोग हैं उनके लिए तहफ़ होना चाहिए गवर्नमेंट के आगे मेरी भी अपील है कि जो हमारे ख्वाजा सरा 50-60+ के करीब है उनके लिए रहनुमाई करें और उनको तहफ़ दिया जाए और क्लैप होनी चाहिए वजीफा ला दे हुकूमत वाली हो सोचो साढ़े बारे किडे अच्छे इन्हों के दिन है किडे अच्छे ख्याल आते बड़ी अच्छी गल है क्या बात है इन्हों की बड़ी अच्छी की है कि हुकूमत उन्होंने कुछ करना चाहिए लेकिन जैसा कि देखा जाता कि छोटी एज दियाँ मतलब छोटी एज के जिन्हें भी है तुहाडी फील्ड के ਉਹ ਵੀ ਖੜੇ ਹੁੰਦੇ ਨੇ ਤੇ ਉਹਨਾਂ ਲਈ ਤੁਹਾਡੇ ਕੋਲ ਕੋਈ ਮੈਸੇਜ ਆਇਆ ਤੁਸੀਂ ਆਵਾਮ ਨੂੰ ਤੇ ਦੱਸਣਾ ਚਾਹੋ ਤੇ ਉਹਨਾਂ ਨੂੰ ਕੁਝ ਦੱਸਣਾ ਚਾਹੁੰਦੇ ਹੋ ਜੀ ਉਨਕੇ ਬਾਰੇ ਮੈਂ ਇਹ ਕਹਿਣਾ ਚਾਹਤੀ ਹੂੰ ਕਿ ਜੋ ਛੋਟੀ ਏਜ ਕੇ ਖਵਾਜਾ ਸਰਾ ਹੈ ਉਨਕੋ ਮਿਹਨਤ ਕਰਨੀ ਚਾਹੀਏ ਸਟਰਗਲ ਕਰਨੀ ਚਾਹੀਏ ਔਰ ਆਗੇ ਬੜਨਾ ਚਾਹੀਏ ਮੇਰੀ ਤੋਂ ਇਹ ਦੁਆ ਕਲੈਪ ਹੋਣੀ ਚਾਹੀਦੀ ਇਹਨਾਂ ਵਾਸਤੇ ਜੀ ਕਿਆ ਬਾਤ ਹੈ ਸਹੀ ਗੱਲ ਹੈ ਔਰ ਇਸ਼ਾਰੋਂ ਪੇ ਨਹੀਂ ਖੜਾ ਹੋਣਾ ਚਾਹੀਏ जो छोटी एज के हैं अपनी मेहनत करें और स्ट्रगल करें बहुत अच्छे जैसा कि नाज़रीन मेरा ताड़े ना वादा थी कि मैं नित नए चेहरे ते नित नए लोग ते नित नए फनकार ताड़े सामने ताड़ी अखां दे सामने लेके आवांगा और इंशाल्लाह ऑडियंस तुसी मेरे नाल ते मैं ताड़े नाल जुड़े रहांगे ते इंशाल्लाह सब तो ज्यादा मजा भी आएगा और बेहतरीन गुफ्तगू भी होगी ਅਸੀਂ ਹੁਣ ਇਹਨਾਂ ਨੂੰ ਪੁੱਛਾਂਗੇ ਕਿ ਸਾਡੇ ਚੈਨਲ ਤੇ ਆਏ ਨੇ ਅਸੀਂ ਇਹਨਾਂ ਕੋਲ ਆਏ ਹਾਂ ਤੇ ਸਾਡੇ ਚੈਨਲ ਬਾਰੇ ਕੀ ਕਹਿਣਾ ਚਾਹੁੰਦੇ ਹੋ ਬਾਬੂ ਟੀਵੀ ਲਈ ਕੀ ਪੈਗਾਮ ਹੈ ਤੇ ਆਡੀਅੰਸ ਨੂੰ ਕੀ ਕਹਿਣਾ ਚਾਹੋਗੇ ਬਾਬੂ ਟੀਵੀ ਬਹੁਤ ਅੱਛਾ ਹੈ ਔਰ ਇਸਕੋ ਜ਼ਿਆਦਾ ਸੇ ਜ਼ਿਆਦਾ ਸਬਸਕ੍ਰਾਈਬ ਕਰੇਂ ਔਰ ਇਸਕੋ ਲਾਈਕ ਕਰੇਂ ਔਰ ਫੈਮਿਲੀ ਵੀ ਸਭ ਲਾਈਕ ਕਰੇਂ ਔਰ ਸਭ ਛੋਟੇ ਬੱਚੇ ਫਨੀ ਔਰ ਮਜ਼ੇ ਕੀ ਇਨਸ਼ਾਅੱਲਾ ਬਹੁਤ ਮਜ਼ਾ ਆਇਆ ਮੁਝੇ ਆਪ ਲੋਗੋਂ ਸੇ ਬਾਤ ਚੀਤ ਕਰਨੇ ਕਾ ਜੈਸਾ ਕਿ ਨਾਜ਼ਰੀਨ ਹੁਣ ਅਸੀਂ ਦੇਵਾਂਗੇ ਅੱਜ ਦੀ ਆਪਣੀ ਫਨਕਾਰਾਂ ਨੂੰ ਇਜਾਜ਼ਤ ਤੇ ਲਵਾਂਗੇ ਤੁਹਾਡੇ ਤੋਂ ਵੀ ਇਜਾਜ਼ਤ ਤੁਹਾਡੀਆਂ ਹੋ ਹੀ ਗਈਆਂ ਸਾਡੇ ਨਾਲ ਵੀ ਤੇ ਸਾਡੀ ਨਾਜ਼ਰੀਨ ਨਾਲ ਲੇਕਿਨ ਹੁਣ ਅਸੀਂ ਚਾਹਾਂਗੇ ਕਿ ਸਾਡੇ ਚੈਨਲ ਬਾਰੇ ਬਾਬੂ ਟੀਵੀ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਬਾਬੂ ਚੈਨਲ ਬਹੁਤ ਅੱਛਾ ਹੈ ਔਰ ਜ਼ਿਆਦਾ ਸੇ ਜ਼ਿਆਦਾ ਸਬਸਕ੍ਰਾਈਬ ਕਰੇ ਔਰ ਇਸੇ ਲਾਈਕ ਕਰੇ ਔਰ ਫੈਮਿਲੀ ਜਿਤਨੀ ਵੀ ਫੈਮਿਲੀਜ਼ ਹੈ ਮੈਂ ਕਹੂੰਗੀ ਇਹ ਬਹੁਤ ਅੱਛੇ ਲੋਕ ਹੈ ਇਨਕਾ ਚੈਨਲ ਸਬਸਕ੍ਰਾਈਬ ਕਰੇ ਠੀਕ ਹੈ ਯੂਟਿਊਬ ਦੀ ਘੰਟੀ ਨੂੰ ਖੜਕਾਣਾ ਹੈ ਕਿਸੇ ਹੋਰ ਦੀ ਘੰਟੀ ਨੂੰ ਖੜਕਾ ਕੇ ਰਹਿ ਨਾ ਜਾਣਾ ਪਾਕਿਸਤਾਨ ਜ਼ਿੰਦਾਬਾਦ।